ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਨਾਲ ਜ਼ਿੰਦਗੀ ਦੀਆਂ 3 ਗੱਲਾਂ ਸਾਂਝੀਆਂ ਕਰਨ ਜਾ ਰਿਹਾ, ਜਿਨ੍ਹਾਂ ਤੋਂ ਬੰਦੇ ਨੂੰ ਕਦੇ ਵੀ ਸ਼ਰਮ ਨਹੀਂ ਮੰਨਣੀ ਚਾਹੀਦੀ, ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਆਪਣੇ ਆਪ ਦੇ ਵਿੱਚ। ਠੀਕ ਆ, ਉਹ 3 ਗੱਲਾਂ ਕੀ ਨੇ ਸੁਣਦੇ ਆਪਾਂ। ਸਭ ਤੋਂ ਪਹਿਲਾਂ ਕਿ ਮੇਰੇ ਕੋਲ ਜਿਹੜੇ ਕੱਪੜੇ ਮੈਂ ਪਾਏ ਹੋਏ ਆ, ਇਹ ਘਸੇ ਪੁਰਾਣੇ ਕੱਪੜੇ ਹਨ, ਅਤੇ ਮੈਨੂੰ ਇਹ ਕੱਪੜੇ ਵੇਖ ਕੇ ਕੀ ਕਹਿਣਗੇ ਲੋਕ, ਮੇਰੀ ਤਾਂ ਟੀ ਸ਼ਰਟ ਪਾਈ ਆ, ਮੇਰੇ ਲੋਅਰ ਪਾਈ ਆ। ਇਹਨਾਂ ਚੀਜ਼ਾਂ ਨੂੰ ਨਾ ਸੋਚਿਆ ਕਰੋ, ਇਹਨਾਂ ਚੀਜ਼ਾਂ ਦੀ ਸ਼ਰਮ ਨਾ ਕਰਿਆ ਕਰੋ ਦੋਸਤੋ। ਦੂਜੀ ਗੱਲ ਦੋਸਤੋ, ਕਦੇ ਵੀ ਕਿਸੇ ਗਰੀਬ ਯਾਰਾਂ ਦੋਸਤਾਂ ਦੇ ਨਾਲ ਉੱਠਣ ਬੈਠਣ ਤੋਂ, ਉਹਨਾਂ ਦੇ ਨਾਲ ਖਾਣ ਪੀਣ ਤੋਂ ਕਦੇ ਵੀ ਸ਼ਰਮ ਨਾ ਮਹਿਸੂਸ ਕਰਿਆ ਕਰੋ। ਤੀਸਰੀ ਗੱਲ ਦੋਸਤੋ, ਸਾਦਾ ਜੀਵਨ, ਸਾਦਾ ਖਾਣਾ, ਸਾਦਾ ਪਹਿਨਣਾ, ਜਿਵੇਂ ਕਿ ਸਿੰਪਲ ਕੱਪੜੇ ਪਾਉਣੇ, ਸਾਦੀ ਜ਼ਿੰਦਗੀ ਜੀਣੀ, ਇਹਦੇ ਵਿੱਚ ਵੀ ਸ਼ਰਮ ਨਾ ਮੰਨਿਆ ਕਰੋ। ਕਿਸੇ ਵੱਡਿਆਂ ਨੂੰ ਦੇਖ ਕੇ ਆਉਂਦੇ ਹੁੰਦੇ ਆ ਕਿ ਪੱਕਿਆਂ ਨੂੰ ਵੇਖ ਕੇ ਕੱਚੇ ਨਹੀਂ ਢਾਉਣੇ ਚਾਹੀਦੇ, ਉਹ ਗੱਲ ਆ ਵੀ ਆਪਦਾ ਸਿੰਪਲ ਜ਼ਿੰਦਗੀ, ਸਿੰਪਲ ਖਾਣਾ, ਸਿੰਪਲ ਰਹਿਣਾ, ਇਹ ਬਹੁਤ ਵਧੀਆ ਹੁੰਦਾ ਦੋਸਤੋ। ਅਤੇ ਇਹਨਾਂ ਚੀਜ਼ਾਂ ਦੇ ਵਿੱਚ ਕਦੇ ਵੀ ਸ਼ਰਮ ਨਾ ਮਹਿਸੂਸ ਕਰਿਓ ਜੀ। ਅਤੇ ਵੀਡੀਓ ਮੇਰੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਰ ਜੀ। ਧੰਨਵਾਦ।